ਠੀਕ ਹੈ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਾਂ ਬਿਲਕੁਲ ਠੀਕ ਹੋਵੋਗੇ। ਤਾਂ ਰਾਜੇ, ਤੁਹਾਨੂੰ ਜਿਵੇਂ ਮੈਂ ਦੱਸਿਆ ਸੀ ਕਿ ਲੜਕੀਆਂ ਦੀ ਸੈਕਿੰਡ ਲਿਸਟ ਆਊਗੀ, ਠੀਕ ਹੈ ਜੀ, ਅਤੇ ਉਹ ਲਿਸਟ ਆ ਚੁੱਕੀ ਹੈ ਰਾਜੇ, ਠੀਕ ਹੈ ਜੀ। ਅਤੇ ਇਸ ਲਈ ਰਾਜੇ ਮੈਂ ਜਿਹੜੀ ਵੀ ਵੀਡੀਓ ਪਾਉਂਦਾ ਹੁੰਦਾ, ਤੁਸੀਂ ਦੇਖੋ ਜਿੰਨੀਆਂ ਵੀ ਵੀਡੀਓ ਪਾਈਆਂ ਹੋਈਆਂ ਉਹਦੇ 'ਚ ਸੇਮ ਥੰਬਨੇਲ ਲਾਇਆ ਹੋਇਆ ਆਹ ਵਾਲਾ, ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਅਤੇ ਮੇਰੀ ਪਹਿਲੀ ਵੀਡੀਓ ਵੀ ਦੇਖ ਸਕਦੇ ਹੋ, ਠੀਕ ਹੈ ਜੀ। ਚਲੋ ਅੱਜ ਰਾਜੇ ਆਪਾਂ ਰਿਵਿਊ ਕਰਨ ਜਾ ਰਹੇ ਹਾਂ ਜਿਹੜੇ ਫਿਜ਼ੀਕਲ ਟ੍ਰਾਇਲ ਹੋਇਆ ਹੈ, ਜਿਹੜੇ ਬੱਚਿਆਂ ਨੇ ਫਿਜ਼ੀਕਲ ਟ੍ਰਾਇਲ ਹੋਇਆ ਉਹਨਾਂ ਰਿਵਿਊ ਕਰਨ ਜਾ ਰਹੇ ਹਾਂ। ਇਸ ਵੀਡੀਓ ਦੇ ਵਿੱਚ ਰਾਜੇ ਆਪਾਂ ਕੱਲ੍ਹ ਦੇ 13 ਦਸੰਬਰ ਦੇ ਜਿਹੜੇ ਪੰਜਾਬ ਪੁਲਿਸ ਦੇ ਲੜਕੇ ਦੇ ਟ੍ਰਾਇਲ ਹੋਏ ਉਹਨਾਂ ਰਿਵਿਊ ਕਰਾਂਗੇ, ਅਤੇ ਅੱਜ 14 ਦਸੰਬਰ ਨੂੰ ਸੁਬਾਹ ਰਾਜੇ ਆਪਣੇ ਰੱਬ ਦੀ ਕਿਰਪਾ ਦੇ ਨਾਲ ਹਰੇਕ ਗਰੁੱਪ ਦੇ ਵਿੱਚ ਆਪਣੇ ਸਟੂਡੈਂਟ ਸਿਲੈਕਟ ਹੋਏ ਵੇ ਹੁੰਦੇ ਆ, ਅਤੇ ਬਹੁਤ ਵੱਡੀ ਰਾਜੇ ਤੁਹਾਡੀ ਮਿਹਨਤ ਹੈ, ਠੀਕ ਹੈ ਜੀ, ਕਿ ਆਪਾਂ ਇੱਕ ਦੂਜੇ ਰਲ ਕੇ ਵਧੀਆ ਆਪਦਾ ਮੁਕਾਮ ਅਤੇ ਪਹੁੰਚ ਜਾਂਦੇ ਹਾਂ, ਠੀਕ ਹੈ ਜੀ। ਇਸ ਤਰ੍ਹਾਂ ਹੀ ਅੱਗੇ ਰਾਜੇ ਤੁਹਾਨੂੰ ਮੈਂ ਬਹੁਤ ਵਧੀਆ ਕੰਟੈਂਟ ਪ੍ਰੋਵਾਈਡ ਕਰਵਾਉਂਦਾ ਰਹੂੰਗਾ, ਅਤੇ ਤੁਹਾਡਾ ਜਿਹੜੇ ਬੱਚੇ ਮੈਥ ਦੂਜੀਆਂ ਚੀਜ਼ਾਂ ਡਰਦੇ ਸੀ, ਹਮੇਸ਼ਾ ਆਪਾਂ ਇੱਕ ਦੂਜੇ ਨਾਲ ਰਲ ਕੇ ਕੰਪਰੋਮਾਈਜ਼ ਕਰਕੇ ਅੱਗੇ ਵੱਧਦੇ ਜਾਵਾਂਗੇ, ਅਤੇ ਬਹੁਤ ਵਧੀਆ ਤਰੀਕੇ ਨਾਲ ਜੀ ਆਪਾਂ ਬਹੁਤ ਸਾਰੇ ਇਗਜ਼ਾਮ ਹਜੇ ਹੋਰ ਵੀ ਕਲੀਅਰ ਕਰਨੇ ਆ ਰਾਜੇ। ਅਤੇ ਉਹਦੇ 'ਚ ਰਾਜੇ ਬੱਚਿਆਂ ਦੇ ਜਿਹੜਾ ਕੌਲ ਆਈ ਉਹਨਾਂ ਬਾਰੇ ਦੱਸੂਗਾ ਮੈਂ ਤੁਹਾਨੂੰ, ਅਤੇ ਇਸ ਤੋਂ ਪਹਿਲਾਂ ਰਾਜੇ ਮੈਂ ਅੱਜ ਤੁਹਾਨੂੰ 14 ਦਸੰਬਰ ਬਾਰੇ ਕਰੰਟ 14 ਦਸੰਬਰ ਦੇ ਰਿਵਿਊ ਬਾਰੇ ਦੱਸਣਾ ਕਿਵੇਂ ਅੱਜ ਦਾ ਪ੍ਰੋਸੈਸ ਰਿਹਾ ਕਰਾਂ ਉਹਦਾ ਆਪਣਾ ਫਿਜ਼ੀਕਲ ਦਾ। ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾਗਾ, ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ 2024 ਬੀਡੀਓ ਪੰਜਾਬ ਪਟਵਾਰੀ ਸੀਨੀਅਰ ਅਸਿਸਟੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਡਰਾਈਵਰ ਆਲ ਪੰਜਾਬ ਐਗਜ਼ਾਮ ਐਂਡ ਆਲ ਕਲਰਕ ਐਗਜ਼ਾਮ ਇਹਨਾਂ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ, ਉਹ ਆਪਣੀ ਐਪ ਤੋਂ ਕਰ ਸਕਦਾ। ਆਪਣੀ ਐਪ ਦਾ ਨਾਮ ਹੈਗਾ ਦੀ ਭੁੱਲਰ ਐਜੂਕੇਸ਼ਨ ਆ ਰਾ, ਜਿੰਨਾ ਬੱਚਿਆਂ ਕੋਲ ਆਈਫੋਨ ਆ ਰਾਜੇ ਉਹਨਾਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰਨੀ ਹੈ, ਅਤੇ ORG ਕੋਡ ਦਾ ਜੀ ਕਲਾਸ ਪਲੱਸ ਵਾਲਿਆਂ ਨੇ ਫਿੱਲ ਕਰਨਾ XRAM। ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਰਾਜੇ, ਨੰਬਰ 'ਤੇ ਕਾਲ ਕਰ ਸਕਦੇ ਹੋ ਰਾਜੇ। ਅਤੇ ਦੂਸਰੀ ਗੱਲ ਰਾਜੇ, ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਆਉਣਗੇ ਰਾਜੇ, ਕੰਟੈਂਟ ਦੀ ਰਾਜੇ ਆਪਣੀ 100% ਗਰੰਟੀ ਹੋਊਗੀ ਕਿ ਕੰਟੈਂਟ ਤੁਹਾਨੂੰ ਬਹੁਤ ਵਧੀਆ ਪ੍ਰੋਵਾਈਡ ਕਰਵਾਇਆ ਜਾਊਗਾ। ਅਤੇ ਇਸ ਵਿੱਚ ਰਾਜੇ ਜਿਹੜੇ MCQ ਆ ਜਾਂ GK ਰਾਜੇ, ਉਹ PCS ਅਤੇ UPSC ਲੈਵਲ ਦੀ ਕਰਵਾਈ ਜਾਂਦੀ ਹੈ ਰਾਜੇ, ਠੀਕ ਹੈ ਜੀ। ਬਾਕੀ ਤੁਹਾਨੂੰ ਸਾਰੀਆਂ ਕਲਾਸਾਂ ਦੇ ਨਾਲ PDF ਵੀ ਨਾਲ ਪ੍ਰੋਵਾਈਡ ਕਰਵਾਏ ਜਾਂਦੇ ਆ, ਕਿ ਕਈ ਵਾਰੀ ਬੱਚਿਆਂ ਨੂੰ ਮੋਬਾਈਲ ਦੇ ਵਿੱਚ PDF ਦੇਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਤਾਂ ਪ੍ਰਿੰਟ ਆਊਟ ਵੀ ਆਪਦੇ ਕਢਵਾ ਸਕਦੇ ਆ ਰਾਜੇ। ਅਤੇ ਆਫਲਾਈਨ ਕਲਾਸਾਂ ਦੇ ਮੁਕਾਬਲੇ ਆਪਣੀ ਫੀਸ 5% ਹੀ ਹੈ। ਇੱਕ ਵਾਰੀ ਤੁਸੀਂ ਆ ਐਪ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਰਾਜੇ, ਅਤੇ ਉੱਥੋਂ ਡਾਊਨਲੋਡ ਕਰਕੇ ਇੱਕ ਵਾਰੀ ਐਪ 'ਤੇ ਵਿਜ਼ਿਟ ਜ਼ਰੂਰ ਕਰਿਓ ਰਾਜੇ। ਸਿਲੈਕਸ਼ਨ ਦੀ ਜ਼ਿੰਮੇਦਾਰੀ, ਕੰਟੈਂਟ ਦੀ ਜ਼ਿੰਮੇਦਾਰੀ ਸਾਡੀ ਹੈ ਰਾਜੇ, ਆਪਦਾ ਤੁਸੀਂ ਜਿਹੜਾ ਕੁਛ ਮੈਂ ਕਰਵਾ ਰਿਹਾ ਉਹਦੀ ਤਿਆਰੀ ਕਰਨੀ ਉਹ ਤੁਹਾਡੇ 'ਤੇ ਹੈ। ਅਤੇ ਦੂਸਰੀ ਗੱਲ ਰਾਜੇ, ਜਿਹੜਾ ਬੱਚਾ ਪੜ੍ਹੂਗਾ, ਜਿਹੜੇ ਬੱਚਿਆਂ ਨੇ ਨੌਕਰੀ ਲੈਣੀ ਹੈ, ਪਲੀਜ਼ ਬੈਚ ਉਹੀ ਲਿਓ, ਦੂਜਾ ਬੱਚਾ ਪਲੀਜ਼ ਬੈਚ ਨਾ ਲਿਓ, ਠੀਕ ਹੈ ਰਾਜੇ। ਚਲੋ ਚੱਲਦੇ ਹਾਂ ਆਪਾਂ ਅੱਜ ਦੇ ਰਿਵਿਊ 'ਤੇ। ਦੂਸਰੀ ਗੱਲ ਰਾਜੇ, ਮੈਂ ਕੱਲ੍ਹ ਰਾਤ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਬੱਚਿਆਂ ਦੇ ਕਾਫੀ ਇਨਕੁਆਇਰੀਆਂ ਹੈਗੀਆਂ, ਜਿਹਦੇ ਵਿੱਚ ਕਾਫੀ ਬੱਚਿਆਂ ਦੇ ਪ੍ਰਸ਼ਨ ਆਏ ਹੋਏ ਆ। ਮੈਂ ਉਹਨਾਂ ਬੱਚਿਆਂ ਨੂੰ ਕਮੈਂਟ ਦੇ ਵਿੱਚ ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਹੈ ਕਿ ਰਾਜੇ ਜਿੰਨੇ ਵੀ ਤੁਹਾਡੀਆਂ ਪ੍ਰੋਬਲਮ ਹੈ ਤੁਸੀਂ ਸਾਰੀਆਂ ਮੇਰੇ ਕਮੈਂਟ ਦੇ ਵਿੱਚ ਦੱਸ ਦਿਓ, ਇਕੱਲੇ ਇਕੱਲੇ ਬੱਚੇ ਨੂੰ ਰਿਪਲਾਈ ਮੈਂ ਵੀ ਨਹੀਂ ਕਰ ਸਕਦਾ। ਤੁਹਾਡੀ ਸ਼ਾਮ ਨੂੰ ਅੱਜ ਰਾਜੇ ਮੈਂ, ਕਿਉਂਕਿ ਹਜੇ ਕਾਫੀ ਮੈਸੇਜ ਬੱਚਿਆਂ ਦੇ ਹੋਰ ਆ ਰਹੇ ਸੀ, ਸ਼ਾਮ ਨੂੰ ਤੁਹਾਡੀ ਜਿੰਨੇ ਵੀ ਤੁਹਾਡੇ ਡਾਊਟ ਹੋਏ ਨਾ ਸਕਰੀਨਸ਼ਾਟ ਲੈ ਕੇ ਤੁਹਾਨੂੰ ਮੈਂ ਨਾਲ ਦੇ ਨਾਲ ਜਮਾਂ ਬਿਲਕੁਲ ਸਹੀ ਅਤੇ ਐਕੂਰੇਟ ਨਿਊਜ਼ ਦੇਊਂਗਾ। ਚਾਹੇ ਤਾਂ ਕਰਕੇ ਕਹਿੰਦਾ ਹੁੰਦਾ ਰਾਜੇ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਰਾਜੇ, ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ। ਬਾਅਦ ਵਿੱਚ ਤੁਹਾਡੇ ਕੋਲ ਪਛਤਾਉਣ ਤੋਂ ਬਿਨਾਂ ਕੁਛ ਨਹੀਂ ਰਹਿੰਦਾ ਹੁੰਦਾ, ਤਾਂ ਕਰਕੇ ਦੱਸਦਾ ਹੁੰਦਾ ਰਾਜੇ, ਕਿਉਂਕਿ ਮੈਂ ਆਪਣੇ ਚੈਨਲ 'ਤੇ ਅੱਜ ਤੱਕ ਕਦੇ ਵੀ ਕੋਈ ਫੇਕ ਨਿਊਜ਼ ਨਹੀਂ ਪਾਈ, ਕਦੇ ਵੀ ਕੋਈ ਵਿਊ ਲਈ ਕੋਈ ਚੀਜ਼ ਨਹੀਂ ਪਾਈ, ਠੀਕ ਹੈ ਜੀ। ਅਤੇ ਚਲੋ ਰਾਜੇ, ਸਭ ਤੋਂ ਪਹਿਲਾਂ ਮੈਂ ਦੱਸਣ ਲੱਗਿਆ ਤੁਹਾਨੂੰ ਅੱਜ ਦੇ ਸੁਬਾਹ ਦੇ ਜਿਹੜੇ ਰਾਜੇ ਟ੍ਰਾਇਲ ਹੋਏ ਆ 14 ਦਸੰਬਰ ਦੇ। ਅਤੇ ਅੱਜ ਰਾਜੇ ਇੱਕ ਗਰੁੱਪ ਦੇ ਵਿੱਚੋਂ 20 ਦੇ ਵਿੱਚੋਂ 2 ਬੱਚਿਆਂ ਨੇ ਜਿਹੜਾ ਟ੍ਰਾਇਲ ਆ ਫਿਜ਼ੀਕਲ ਟ੍ਰਾਇਲ 7 ਵਜੇ ਵਾਲੇ ਗਰੁੱਪ ਦੇ ਵਿੱਚ 2 ਬੱਚਿਆਂ ਨੇ ਰਾਜੇ ਫਿਜ਼ੀਕਲ ਦੇ ਵਿੱਚੋਂ ਟ੍ਰਾਇਲ ਕਲੀਅਰ ਕੀਤਾ। ਉਹਨਾਂ 'ਚੋਂ ਇੱਕ ਕੈਂਡੀਡੇਟ ਆਪਣਾ ਸਟੂਡੈਂਟ ਸੀ ਰਾਜੇ, ਜਿਹਨੇ ਦੱਸਿਆ ਸਾਰੀ ਗੱਲ। ਉਹ ਇਸ ਤੋਂ ਬਾਅਦ ਰਾਜੇ ਉਹ ਬੱਚਾ ਕਹਿੰਦਾ ਇੱਕ ਗਰੁੱਪ ਹੋਰ ਆਇਆ ਜੀ ਅੱਜ ਸੁਬਾਹ, ਉਹਦੇ 'ਚੋਂ 7 ਬੱਚੇ ਨਿਕਲੇ ਆ, ਇੱਕ 'ਚੋਂ 5 ਨਿਕਲੇ ਆ, ਇੱਕ 'ਚੋਂ ਫਿਰ 6 ਨਿਕਲੇ ਆ। ਇਹ ਪ੍ਰੋਸੈਸ ਰਿਹਾ ਜੀ, ਜਿਵੇਂ ਕੋਈ ਗਿਣਤੀ ਚੱਲਦੀ ਹੁੰਦੀ ਹੈ। 4 ਗਰੁੱਪਾਂ ਨੇ ਰਾਜੇ ਮੈਨੂੰ ਫੋਨ ਆਇਆ, 4 ਗਰੁੱਪ ਹੀ ਕਲੀਅਰ ਹੋਏ ਸੀ ਉਦੋਂ ਜਦੋਂ ਬੱਚੇ ਦੀ ਮੈਨੂੰ ਕਾਲ ਆਈ ਹੈ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਰਾਜੇ, ਮੁੰਡਿਆਂ ਦੀ ਮੈਰਿਟ ਵੀ ਥੱਲੀ ਜਾਣ ਦੇ ਚਾਂਸ ਆ, ਕਿਉਂਕਿ ਰਾਜੇ ਆਪ ਦੇਖੋ ਤੁਸੀਂ 80 ਮੁੰਡਿਆਂ ਦੇ ਵਿੱਚੋਂ
ਦੇਖੋ 6 ਅਤੇ 5 ਰਾਜੇ, 11, 11 ਅਤੇ 7, 18, 19, 20, 20 ਬੱਚਿਆਂ ਨੇ ਰਾਜੇ, ਕਹਿਣ ਦਾ ਮਤਲਬ ਕਿ 25% ਰਿਜ਼ਲਟ ਰਹਿ ਰਿਹਾ ਹੈਗਾ। ਜੇ ਕੱਲ੍ਹ ਦੀ ਗੱਲ ਕਰੀਏ ਰਾਜੇ, ਕੱਲ੍ਹ ਮੇਰੀ 6 ਗਰੁੱਪਾਂ ਨਾਲ ਗੱਲ ਹੋਈ ਸੀ, ਪਰ ਤੁਹਾਨੂੰ ਮੈਂ ਸਿਰਫ ਉਹਦੇ 'ਚੋਂ 5 ਗਰੁੱਪ ਦੱਸੂੰਗਾ ਕਿ ਤੁਹਾਨੂੰ ਅੰਕੜੇ ਕੱਢਣੇ ਸੌਖੇ ਹੋ ਜਾਣ। ਇੱਕ ਗਰੁੱਪ ਦੇ ਵਿੱਚੋਂ ਰਾਜੇ ਜਿਹੜੇ ਟ੍ਰਾਇਲ ਕਲੀਅਰ ਹੋਏ ਉਹ 4 ਬੱਚਿਆਂ ਨੇ ਕਲੀਅਰ ਕੀਤੇ ਆ, ਇੱਕ ਗਰੁੱਪ ਦੇ ਵਿੱਚੋਂ ਰਾਜੇ 11 ਬੱਚਿਆਂ ਨੇ ਕਲੀਅਰ ਕੀਤੇ, ਇੱਕ ਗਰੁੱਪ ਦੇ ਵਿੱਚੋਂ 5 ਬੱਚਿਆਂ ਨੇ ਕਲੀਅਰ ਕੀਤੇ ਆ, ਇੱਕ 'ਚੋਂ 4 ਨੇ ਕਲੀਅਰ ਕੀਤਾ, ਇੱਕ 'ਚੋਂ 8 ਨੇ ਕਲੀਅਰ ਕੀਤਾ। ਆਹ ਰਾਜੇ ਰਿਹਾ ਪ੍ਰੋਸੈਸ ਸਾਰਾ ਕੱਲ੍ਹ ਦਾ। ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਰਾਜੇ ਕਿ ਕਿੰਨੇ ਕੈਂਡੀਡੇਟ ਪਾਸ ਹੋਏ ਆ, ਕਿੰਨੇ ਫੇਲ ਹੋਏ ਆ। ਠੀਕ ਹੈ ਜੀ, 11 ਦੇ 5 16, 16 ਦੇ 4 20, 20 ਅਤੇ 12 32। ਠੀਕ ਹੈ ਜੀ, ਤਾਂ 32 ਸਟੂਡੈਂਟ ਆ ਜਿਹੜੇ ਉਹ ਕੱਲ੍ਹ ਵਾਲੇ 13 ਵਾਲੇ ਗਰੁੱਪ 'ਚੋਂ ਕਲੀਅਰ ਹੋਏ ਆ। 100 ਦੇ ਵਿੱਚੋਂ ਅੱਜ ਵਾਲੇ ਤੁਹਾਨੂੰ ਦੱਸਦਾ ਕਿ ਗਰੁੱਪ 'ਚੋਂ 20 ਦੇ ਵਿੱਚੋਂ ਸਿਰਫ 2 ਮੁੰਡੇ ਹੀ ਪਾਸ ਹੋਏ ਆ ਰਾਜੇ। ਠੀਕ ਹੈ, ਬਾਕੀ ਜਦੋਂ ਵੀ ਕੋਈ ਸਹੀ ਅਪਡੇਟ ਆਊਗੀ, ਐਕੂਰੇਟ ਅਪਡੇਟ ਆਊਗੀ, ਕਿਸੇ ਵੀ ਸਰਕਾਰੀ ਨੌਕਰੀ ਦੀ ਸਹੀ ਜਾਣਕਾਰੀ ਲੈਣ ਵਾਸਤੇ ਤੁਸੀਂ ਆਪਣੇ ਚੈਨਲ ਜੁੜ ਸਕਦੇ ਹੋ ਰਾਜੇ, ਸਬਸਕ੍ਰਾਈਬ ਕਰਕੇ ਰੱਖ ਲਓ। ਅਤੇ ਟੈਲੀਗ੍ਰਾਮ ਗਰੁੱਪ ਵੀ ਰਾਜੇ ਜੁਆਇਨ ਕਰਨਾ, ਜੁਆਇਨ ਕਰ ਸਕਦੇ ਹੋ, ਕਿਉਂਕਿ ਕਾਫੀ ਲਿਸਟਾਂ ਜਿਹੜੀਆਂ ਵੀ ਕੋਈ ਆਉਣਗੀਆਂ ਨਵੀਆਂ ਪੁਰਾਣੀਆਂ, ਉਹ ਸਾਰੀਆਂ ਤੁਹਾਨੂੰ ਨੋਟੀਫਿਕੇਸ਼ਨ ਉਹ ਤੁਹਾਨੂੰ ਸਾਰੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਂਦੇ, ਜੇ ਬਿਲਕੁਲ ਤੁਸੀਂ ਫ੍ਰੀ ਐਡ ਹੋ ਸਕਦੇ ਹੋ, ਉਹਦਾ ਜਿਹੜਾ ਲਿੰਕ ਹੈ ਰਾਜੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਬਾਕੀ ਫੇਅਰਮੈਨ ਵਾਲੇ ਬੱਚਿਆਂ ਵਾਸਤੇ ਜਿਹੜੀ ਅਪਡੇਟ ਹੈਗੀ ਆ ਉਹ ਵੀ ਤੁਹਾਨੂੰ ਮੈਂ ਜਲਦ ਦੀ ਜਲਦ ਦੱਸੂਗਾ ਰਾਜੇ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਾਸਤੇ ਰਹੋ।